पंजाब भर के जिहड़े मुलाजम ने उन्हां दे वल्लों एक वड्डा प्रदर्शन किया जा रहा है, एक रैली रखी गई सी, अज दा समां दित्ता गया सी और एक वड्डी गिणती दे विच एक वड्डा इकट्ठ जिहड़ा हैगा पंजाब दे वख-वख विभागां दे जिहड़े मुलाजम ने उन्हां दा इकट्ठ इत्थे देखण नूं मिल रहा। वाईपीएस चौंक दे बिल्कुल नेड़े इन्हां ने रैली रखी सी और वाईपीएस चौंक तों बाद बड़ैल वाले पासे नूं जिहड़ी सड़क जांदी है उस सड़क ते इस वेले इन्हां ने एक रोस मार्च कढ़िया और इत्थे चंडीगढ़ दे नाल लगदी बिल्कुल सरहद है जिहड़ी बड़ैल दे नाल लगदी उत्थे फिलहाल ये रुके हुए ने और साफ तौर ते सरकार नूं सुनेहा भेजा गया है कि 15 मिनट का समां दित्ता सी, हालांकि 15 मिनट का टाइम आ जिहड़ा पूरा होने वाला है। साफ तौर पर कहा गया कि सरकार पंजाब के मुख्यमंत्री भगवंत सिंह मान मीटिंग दे लई समां देण, अगर समा नहीं दिंदे तां बैरीकेड तोड़ के अगे वधणगे ये मुलाजम और सीधे तौर पर सरकार नूं चेतावनी जिहड़ी हैगी दित्ती जा रही है। और ये तस्वीरां तुहाडे सामने कि किवें वड्डी गिणती विच मुलाजम इस वेले इत्थे मौजूद ने, तां इह प्रधान ने इस मुलाजम यूनियन दे की कुछ गलबात हुई है, किहड़ियां मंगां नूं लै के अज सड़कां ते उतरना पिया, रैली करनी पई है। हालांकि ओल्ड पेंशन स्कीम दा दावा किया जा रहा है कि साडी मुख मंग है ओल्ड पेंशन स्कीम जिस नूं बहाल किया जाए, और यही कारण है कि वड्डी गिणती दे विच मुलाजम अज सड़क ते ने। तुहाडी गलबात हुई जी सरकार दे नाल, कोई प्रोटेस्ट तुसीं कीता, वड्डा इकट्ठ तुहाडा है और ਸਨੇਹਾ ਜਿਹੜਾ ਤੁਸੀਂ 15 ਮਿੰਟ ਦਾ ਦਿੱਤਾ ਸੀ, ਕੀ ਬਣਿਆ ਉਸ ਸਨੇਹੇ ਦਾ? ਉਸ ਸਨੇਹੇ ਦਾ ਹਜੇ ਤੱਕ ਤਾਂ ਕੁਝ ਨਹੀਂ ਬਣਿਆ। ਠੀਕ ਆ ਕਿ ਇਹ ਗੱਲ ਕਹੀ ਜਾ ਰਹੀ ਹੈ ਮੀਟਿੰਗ ਮਿਲ ਗਈ, ਪਰ ਆਫੀਸ਼ੀਅਲ ਤੌਰ ਤੇ ਹਜੇ ਤੱਕ ਸਾਡੇ ਕੋਲ ਕੋਈ ਮੈਸੇਜ ਨਹੀਂ। ਔਰ ਇੱਕ ਗੱਲ ਜਥੇਬੰਦੀ ਵੱਲੋਂ ਬੜੀ ਸਪਸ਼ਟ ਆ ਕਿ ਕੈਬਨਿਟ ਸਬ ਕਮੇਟੀ ਜਾਂ ਵਿੱਤ ਮੰਤਰੀ ਸਾਹਿਬ ਨਾਲ ਅਸੀਂ ਮੀਟਿੰਗ ਨਹੀਂ ਕਰਾਂਗੇ। ਮੀਟਿੰਗ ਕਰਾਂਗੇ ਤਾਂ ਮੁੱਖ ਮੰਤਰੀ ਸਾਹਿਬ ਨਾਲ ਕਰਾਂਗੇ, ਕਿਉਂਕਿ ਕੈਬਨਿਟ ਸਬ ਕਮੇਟੀ ਨਾਲ ਸਾਡੀਆਂ ਹੁਣ ਤੱਕ 6 ਤੋਂ 7 ਮੀਟਿੰਗਾਂ, ਤੇ ਵਿੱਤ ਮੰਤਰੀ ਸਾਹਿਬ ਨਾਲ ਉਹਨੂੰ ਵਿੱਚ ਇਨਕਲੂਡ ਕਰ ਲਈਏ ਤੇ 17 ਮੀਟਿੰਗਾਂ ਹੁਣ ਤੱਕ ਹੋ ਚੁੱਕੀਆਂ ਤੇ 4 ਮੀਟਿੰਗਾਂ ਸੀਐਮ ਸਾਹਿਬ ਦੇ ਨਾਲ। ਕਿਤੇ ਨਾ ਕਿਤੇ ਅਫਸਰਸ਼ਾਹੀ ਇਸ ਕੰਮ ਦੇ ਵਿੱਚ ਅੜਿੱਕਾ ਬਣ ਰਹੀ ਏ। ਸਾਨੂੰ ਵੀ ਪਤਾ ਕਿ ਜੇ ਮੁੱਦੇ ਦਾ ਹੱਲ ਹੋ ਸਕਦਾ ਤੇ ਉਹ ਮੁੱਖ ਮੰਤਰੀ ਸਾਹਿਬ ਕਰ ਸਕਦੇ ਨੇ, ਜਿਸ ਲਈ ਅੱਜ ਜਥੇਬੰਦੀ ਵੀ ਭਜੇਦਿਆ ਕਿ ਮੀਟਿੰਗ ਹੋਵੇ ਤਾਂ ਮੁੱਖ ਮੰਤਰੀ ਸਾਹਿਬ ਨਾਲ, ਨਹੀਂ ਤਾਂ ਬੈਰੀਗੇਡ ਤੋੜ ਕੇ ਚੰਡੀਗੜ੍ਹ ਵੱਲ ਨੂੰ ਵਧਾਂਗੇ। ਅੱਛਾ, ਤੁਹਾਡੀ ਮੁੱਖ ਮੰਗ ਕੀ ਹੈ? ਕਿਹੜੀ ਮੰਗ ਤੇ ਜਿਹੜੀ ਹੈ ਸਹਿਮਤੀ ਬਣ ਸਕਦੀ ਹੈ, ਪ੍ਰੋਟੈਸਟ ਜਿਹੜਾ ਖਤਮ ਹੋ ਸਕਦਾ? ਇੱਕੋ ਇੱਕ ਸਾਡੀ ਮੰਗ ਆ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਔਰ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਇਹ ਸਾਡੀ ਉਹ ਮੰਗ ਆ ਜਿਹਨੂੰ 3 ਵਾਰ ਪੰਜਾਬ ਦੀ ਕੈਬਨਿਟ ਦੇ ਵਿੱਚ ਅਪਰੂਵਲ ਮਿਲ ਚੁੱਕੀ ਹੋਈ ਹੈ, 3 ਵਾਰ ਮਾਨ ਸਾਹਿਬ ਨੇ ਪਾਸ ਕਰ ਦਿੱਤਾ ਹੈ ਔਰ ਇੱਕ ਪੱਤਰ ਵੀ ਜਾਰੀ ਕੀਤਾ ਸੀ, ਹੁਣ ਤਾਂ ਇੱਕ SOP ਜਾਰੀ ਕਰਨੀ ਹੈ। ਪੇਜ ਕਿੱਥੇ ਫਸਿਆ ਫਿਰ? ਤੁਸੀਂ ਕਹਿੰਦੇ ਮੀਟਿੰਗ ਹੋ ਗਈ, ਗੱਲ ਨਾਲ ਸਹਿਮਤ ਹੋ ਗਏ, ਮਸਲਾ ਹੱਲ ਹੋਣ ਵਾਲੇ ਪਾਸੇ ਵੱਧ ਗਿਆ, ਫਿਰ ਐਸੀ ਕੀ ਨੌਬਤ ਆ ਗਈ ਕਿ ਸੜਕਾਂ ਤੇ ਉਤਰਨਾ ਪਿਆ? ਮਸਲਾ ਇਹ ਆ ਕਿ 1 ਅਕਤੂਬਰ ਨੂੰ ਅਸੀਂ ਦਿੱਲੀ ਬਹੁਤ ਵੱਡੀ ਰੈਲੀ ਕੀਤੀ ਨੈਸ਼ਨਲ ਲੈਵਲ ਦੀ, ਉਹ ਵੀ ਸਾਡਾ ਮੁੱਦਾ ਕੇਂਦਰ ਸਰਕਾਰ ਦੇ ਨਾਲ ਟਕਰਾਅ ਸੀਗਾ ਔਰ ਪੂਰੇ ਦੇਸ਼ ਭਰ ਚੋਂ 10 ਲੱਖ ਦੇ ਕਰੀਬ ਕਰਮਚਾਰੀ ਆਏ। ਪਰ ਜਦੋਂ ਅਸੀਂ ਉਹ ਪ੍ਰੋਟੈਸਟ ਲਗਾਤਾਰ ਉੱਥੇ ਕਰ ਰਹੇ ਸੀ ਤਾਂ ਉਹਦੇ ਨਾਲ ਇੱਕ ਚੀਜ਼ ਸਾਡੀ ਹੋਈ ਕਿ ਸ਼ਾਮ ਨੂੰ 1 ਅਕਤੂਬਰ 2023 ਨੂੰ ਸ਼ਾਮ ਨੂੰ ਕੇਜਰੀਵਾਲ ਸਾਹਿਬ ਇੱਕ ਟਵੀਟ ਕਰਦੇ ਨੇ ਕਿ ਪੰਜਾਬ 'ਚ ਸਾਡੀ ਸਰਕਾਰ ਹੈ, ਅਸੀਂ ਉੱਥੇ ਪੁਰਾਣੀ ਪੈਨਸ਼ਨ ਬਹਾਲ ਕਰਤੀ ਅਤੇ ਮੈਂ ਕੇਂਦਰ ਨੂੰ ਅਪੀਲ ਕਰਦਾ ਤੁਸੀਂ ਵੀ ਬਹਾਲ ਕਰ ਦਿਓ। ਅਸੀਂ ਤਾਂ ਇਹ ਕਹਿ ਰਹੇ ਹਾਂ ਜੇ ਬਹਾਲ ਕਰ ਦਿੱਤੀ ਤਾਂ ਸਾਨੂੰ ਦੱਸ ਤਾਂ ਦਿਓ ਬਹਾਲ ਹੋਈ ਕਿਤੇ ਤੇ ਹੈ। ਬੇਸਿਕਲੀ ਵਿਚਲਾ ਗੈਪ ਕਮਿਊਨੀਕੇਸ਼ਨ ਗੈਪ ਆ ਪਲੱਸ ਅਫਸਰਸ਼ਾਹੀ ਦਾ ਗੈਪ ਆ। 22 ਨਵੰਬਰ ਨੂੰ ਸਾਡੀ ਮੀਟਿੰਗ ਹੁੰਦੀ ਹੈ, ਮੰਤਰੀ ਸਾਹਿਬਾਨ ਬਿਲਕੁਲ ਪੋਜ਼ਿਟਿਵ ਸੀਗੇ, ਗੱਲਬਾਤ ਚੱਲ ਰਹੀ ਸੀ, ਪਰ ਜਿਹੜੇ ਸਾਰੇ ਸਵਾਲ ਅਸੀਂ ਰੱਖਦੇ ਹਾਂ ਤੇ ਅਫਸਰਸ਼ਾਹੀ ਬਿਲਕੁਲ ਚੁੱਪ ਹੁੰਦੀ ਹੈ। ਤੁਹਾਨੂੰ ਸ਼ੰਕਾ ਕਿੱਥੇ ਆ? ਤੁਹਾਨੂੰ ਮੁੱਖ ਮੰਤਰੀ ਦੀਆਂ ਗੱਲਾਂ ਤੇ ਤੁਹਾਨੂੰ ਲੱਗਦਾ ਹੈ ਯਕੀਨ ਹੈ? ਤੁਹਾਨੂੰ ਮੰਤਰੀਆਂ ਦੇ ਨਾਲ ਜਿਹੜੀ ਮੀਟਿੰਗ ਹੋਈ ਉਹਦੇ ਤੇ ਤੁਹਾਨੂੰ ਲੱਗਦਾ ਹੈ ਕਿ ਉਹ ਗੱਲਾਂ ਜਿਹੜੀਆਂ ਸਹੀ ਸੀ? ਫਿਰ ਤੁਹਾਡਾ ਪੇਜ ਕਿੱਥੇ ਫਸਿਆ? ਮੁਲਾਜ਼ਮਾਂ ਦੇ ਨਾਲ ਅਗਰ ਅਫਸਰਸ਼ਾਹੀ ਦੇ ਨਾਲ ਅਗਰ ਪੇਜ ਫਸਿਆ ਤਾਂ ਅਫਸਰਸ਼ਾਹੀ ਦੇ ਨਾਲ ਕਿਹੜੀ ਗੱਲ ਤੇ ਪੇਜ ਫਸਿਆ? ਮੁੱਖ ਮੰਤਰੀ ਜਾਂ ਫਿਰ ਸਰਕਾਰ ਦੀ ਜਿਹੜੀ ਮਨਸ਼ਾ ਉਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਜੇ ਤਾਂ ਸਰਕਾਰ ਨੇ ਨਾ ਕਰਨਾ ਹੁੰਦਾ ਤਾਂ ਸ਼ਾਇਦ 3 ਵਾਰੀ ਕੈਬਨਿਟ 'ਚ ਪਾਸ ਨਾ ਕਰਦੇ, ਪੱਤਰ ਜਾਰੀ ਨਾ ਕਰਦੇ। ਪਰ ਇੱਕ ਗੱਲ ਬੜੀ ਸਪਸ਼ਟ ਰੂਪ 'ਚ ਮੈਂ ਕਹਿਣੀ ਚਾਹਾਂਗਾ ਕਿ ਜਿਹੜੀਆਂ ਹੜਤਾਲਾਂ ਅਫਸਰਾਂ ਨੇ ਸਰਕਾਰ ਖਿਲਾਫ਼ ਕੀਤੀਆਂ, ਸਰਕਾਰ ਨੇ ਕੁਰਕੀਆਂ ਚਾੜੀਆਂ, ਕਿਤੇ ਨਾ ਕਿਤੇ ਉਹੀ ਮਸਲਾ ਅੱਜ ਅਫਸਰਸ਼ਾਹੀ ਸਰਕਾਰ ਨੂੰ ਖਰਾਬ ਕਰ ਰਹੀ ਹੈ। ਫਿਰ ਕਈ ਵਾਰ ਸਾਨੂੰ ਤਾਂ ਇਹ ਵੀ ਲੱਗਦਾ ਹੈ ਕਿ ਜਦੋਂ, ਕਿਉਂਕਿ ਜਿਹੜੀ 22 ਨਵੰਬਰ ਦੀ ਮੀਟਿੰਗ ਹੋਈ ਹੈ, ਅਸੀਂ ਅਫਸਰਸ਼ਾਹੀ ਨੂੰ ਸਵਾਲ ਕੀਤੇ, ਅਸੀਂ ਮੰਤਰੀ ਸਾਹਿਬ ਨੂੰ ਸਵਾਲ ਕੀਤੇ, ਅਮਨ ਅਰੋੜਾ ਜੀ ਨੇ ਜਦੋਂ ਸੈਕਟਰੀ ਫਾਈਨਾਂਸ ਹੋਣਾ ਨਾਲ ਗੱਲ ਕੀਤੀ ਕਿ ਇਹਦਾ ਜਵਾਬ ਦਿਓ, ਤਾਂ ਬੜੀ ਹੈਰਾਨੀ ਹੋਈ ਤੇ ਉਹਨਾਂ ਨੇ ਇੱਕ ਗੱਲ ਕਹੀ ਜੀ ਸਰ ਅੰਡਰ ਪ੍ਰੋਸੈਸ, ਅਸੀਂ ਆ ਰੈਲੀਆਂ ਧਰਨੇ ਲੱਖਾਂ ਰੁਪਏ ਖਰਚ ਕੇ ਇੱਕ ਮੀਟਿੰਗ ਮਿਲਦੀ ਹੈ, ਮੀਟਿੰਗ ਤੋਂ ਬਾਅਦ ਜੇ ਅਫਸਰਸ਼ਾਹੀ ਦਾ ਜਵਾਬ ਅੰਡਰ ਪ੍ਰੋਸੈਸ ਆ ਤੇ ਫਿਰ ਸਰਕਾਰ ਚਲਾਕ ਹੁੰ ਰਿਹਾ। ਸਪਸ਼ਟ ਕਰੋ, 4 ਜਨਵਰੀ ਦੀ ਮੀਟਿੰਗ ਦੀ ਗੱਲ ਹੋ ਰਹੀ ਹੈ, ਚਰਚਾ ਚੱਲ ਰਹੀ ਹੈ ਕਿ ਸੁਨੇਹਾ ਆਇਆ 4 ਜਨਵਰੀ ਦੀ, ਜੇ ਮੀਟਿੰਗ ਦਾ ਸੁਨੇਹਾ ਆਉਂਦਾ ਤਾਂ ਉਸ ਮੀਟਿੰਗ ਦੇ ਨਾਲ ਤੁਸੀਂ ਸਹਿਮਤ ਹੋ? ਫਿਰ ਅੱਜ ਦੇ ਇਸ ਪ੍ਰਦਰਸ਼ਨ ਦਾ ਕੀ ਤੁਹਾਡੀ ਅੱਗੇ ਦੀ ਰੂਪਰੇਖ ਰਹੇਗੀ? ਜੇ ਮੀਟਿੰਗ ਮੁੱਖ ਮੰਤਰੀ ਸਾਹਿਬ ਨਾਲ ਪੈਨਲ ਹੋਏਗੀ ਤਾਂ ਫਿਰ ਅਸੀਂ ਇਹ ਧਰਨਾ ਖਤਮ ਕਰਾਂਗੇ, ਜੇ ਮੀਟਿੰਗ ਵਿੱਤ ਮੰਤਰੀ ਸਾਹਿਬ ਜਾਂ ਕੈਬਨਿਟ ਸਬ ਕਮੇਟੀ ਨਾਲ ਹੋਏਗੀ ਤਾਂ ਅਸੀਂ ਇਹ ਧਰਨਾ ਖਤਮ ਨਹੀਂ ਕਰਾਂਗੇ, ਅੱਗੇ ਵਧਾਂਗੇ। ਤਾਂ ਇਹ ਸਾਫ ਤੌਰ 'ਤੇ
स्पष्ट कर दिता जी कि जे मुख्यमंत्री दे नाल साडी मीटिंग हुंदी आ तां असीं इह धरना खत्म कर देंगे। तस्वीरां तुहानूं एक बार फिर तो विखा दिंदे आ कि किवें वड्डी गिणती दे विच इत्थे मुलाजम जिहड़े ने उह पहुंचे होए ने। इक वड्डा इकट्ठ आ जिहड़ा हत्थां दे विच ओल्ड पेंशन स्कीम बहाली दी मंग नूं लै के लिखिया तख्तियां इन्हां दे हत्थां दे विच नजर आ रहियां ने और साफ तौर ते सुनेहा देने की कोशिश कि मुख्यमंत्री अगर सानू मीटिंग का समा देंगे ने तो असी यह प्रदर्शन जिहड़ा इत्थे खत्म कर देंगे वरना बैरीकेड तोड़ के कहते ने कि चंडीगढ़ के वल अगे वधांगे। तो यह तस्वीर चंडीगढ़ मोहाली की सरहद तो यह तस्वीर तुहाडे सामने आ चंडीगढ़ मोहाली की सरहद की तस्वीर है जिथे वड्डी गिणती दे विच मुलाजम जिहड़े ने इस वेले अपनियां मंगां नूं लैके और मंगां दे विच मुख तौर ते इक्को मसला पुरानी पेंशन स्कीम की बहाली पुरानी पेंशन स्कीम बहाली नूं लैके जिहड़ा प्रदर्शन है वह फिलहाल किया जा रहा और तस्वीरां तुहाडे सामने ने वख-वख जिलों के जिहड़े मुलाजम ने वह फिलहाल इत्थे तुहानूं नजर आ रहे ने। महिला मुलाजम भी इत्थे इस प्रदर्शन दे विच शामिल ने और साफ तौर पर इक्को सुनेहा सरकार नूं देण दी कोशिश कि मुख्यमंत्री मीटिंग दे लई समां देण और मुख्यमंत्री दे नाल मीटिंग करके ही कहिंदे ने कि इस मसले का हल हो सकदा। तां तस्वीरां तुहाडे सामने कि किवें इह मुलाजम जथेबंदियां फिलहाल सड़कां ते ने अपणियां मंगां नूं लै के हत्थां दे विच स्पीकर और नारियां दीआं आवाजां भाई जी मुख तौर पर कहिंदे कि पुरानी पेंशन स्कीम बहाली की तुहाडी मंग है सरकार दे नाल कहिंदे मीटिंग का समा मिल रहा उस तो बाद फिर तुहाडा की डिसीजन होया हालांकि तुहाडे प्रधान साहब कहिंदे कि मुख्यमंत्री मीटिंग करदे तां असीं इत्थों वापस जाणा है। बिल्कुल जी असीं पूरी तरह प्रधान जी दे नाल आ जिन्ना कैडर अज इत्थे इकट्ठे होया पंजाब दे सारे विभागां दे मुलाजम इत्थे इकट्ठे ने साडे प्रधान जी दे नाल ने साडा इक जिंदाबाद नारे स्पष्ट तुसी सुन रहे हो। महिला मुलाजम भी इत्थे मौजूद ने तुसी केड़े जिले तो आए सब पटियाला। अच्छा पटियाला केड़े विभाग दे विच तुसी पीडब्ल्यूडी पीएनआर अच्छा के तुहाडी इस तो पहले सरकार दे नाल जिहड़ी तुहाडे अग्गे तुहाडे नुमाइंदे ने उहनां दी मीटिंग हुई है तां की तुहाडे तक सुनेहा आया आम मुलाजम की सोचदा सर आम मुलाजम पेंशन चाहिए सानूं असीं वोटां पाईआं ने साडे हक सानूं चाहिए ने तां वोटां पाईआं जी कहिंदे सानूं हक चाहिदा तां इह तस्वीरां ने मुलाजमां दे प्रदर्शन दियां अनाउंसमेंट होण लगी है प्रधान बोलन लगे ने कुछ प्रधान कुछ अनाउंसमेंट कर लगे ने जी तुहानूं सुणाउणे आ बिल्कुल उही सुनेहा अपने साथियों दे रहे ने कि हाले लिखती नहीं आया पर सुनेहा यह आया कि 4 जनवरी की मीटिंग है जिहड़ी ਉਹ ਮੁੱਖ ਮੰਤਰੀ ਦੇ ਨਾਲ ਇਹਨਾਂ ਮੁਲਾਜ਼ਮਾਂ ਨੂੰ ਦਿੱਤੀ ਜਾ ਰਹੀ ਹੈ ਸਵੇਰ 10:30 ਵਜੇ ਸਿਵਲ ਸੈਕਟਰੀਏਟ ਦੇ ਵਿੱਚ ਇਹਨਾਂ ਮੁਲਾਜ਼ਮਾਂ ਨੂੰ ਮੀਟਿੰਗ ਦਾ ਸਮਾਂ ਜਿਹੜਾ ਹੈਗਾ ਉਹ ਦਿੱਤਾ ਜਾ ਰਿਹਾ ਔਰ ਸਾਫ ਤੌਰ ਤੇ ਇਹ ਸੁਨੇਹਾ ਫਿਰ ਤੋਂ ਦੇ ਰਹੇ ਨੇ ਕਿ ਮੀਟਿੰਗ ਸਾਡੀ ਮੁੱਖ ਮੰਤਰੀ ਦੇ ਨਾਲ ਹੀ ਹੋਵੇ ਜੇ ਮੀਟਿੰਗ ਕਿਸੇ ਮੰਤਰੀ ਜਾਂ ਫਿਰ ਸਬ ਕਮੇਟੀ ਦੇ ਨਾਲ ਹੋਏਗੀ ਤਾਂ ਸਾਡੀ ਸਹਿਮਤੀ ਜਿਹੜੀ ਹੈ ਉਹ ਨਹੀਂ ਹੋਵੇਗੀ ਤਾਂ ਸਾਫ ਤੌਰ ਤੇ ਸੁਨੇਹਾ ਦੇਣ ਦੀ ਕੋਸ਼ਿਸ਼ ਇਹਨਾਂ ਮੁਲਾਜ਼ਮਾਂ ਦੀ ਫਿਲਹਾਲ 10 ਮਿੰਟ ਦਾ ਸਮਾਂ ਜਿਹੜਾ ਕਹਿੰਦੇ ਨੇ ਕਿ ਮੰਗਿਆ ਜਾ ਰਿਹਾ 10 ਮਿੰਟ ਦੇ ਅੰਦਰ ਕਹਿੰਦੇ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਅਗਰ ਇਹ ਸੁਨੇਹਾ ਪਹੁੰਚਦਾ ਕਿ ਤੁਹਾਡੀ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਹੋਵੇਗੀ ਮੁਲਾਕਾਤ ਹੋਵੇਗੀ ਤੁਹਾਡੀਆਂ ਮੰਗਾਂ ਨੂੰ ਲੈ ਕੇ ਚਰਚਾ ਹੋਵੇਗੀ ਓਲਡ ਪੈਨਸ਼ਨ ਸਕੀਮ ਬਹਾਲ ਕਰਨ ਦਾ ਮੁੱਦਾ ਜਿਸ ਨੂੰ ਲੈ ਕੇ ਪਹਿਲਾਂ ਮੁੱਖ ਮੰਤਰੀ ਦੇ ਨਾਲ ਕਹਿੰਦੇ ਨੇ ਕਿ 4 ਮੀਟਿੰਗਾਂ ਹੋਈਆਂ 17 ਮੀਟਿੰਗਾਂ ਹੋਰ ਹੋਈਆਂ ਤਾਂ ਕੁੱਲ ਮੀਟਿੰਗਾਂ ਦੇ ਵਿੱਚ ਕਹਿੰਦੇ ਨੇ ਕਿ ਸਹਿਮਤੀ ਕਰੀਬ ਕਰੀਬ ਬਣ ਚੁੱਕੀ ਸੀ ਆਖਿਰ ਕੀ ਪੇਚ ਫਸਿਆ ਕਿ ਓਲਡ ਪੈਨਸ਼ਨ ਸਕੀਮ ਲਾਗੂ ਨਹੀਂ ਹੋ ਸਕੀ ਸਵਾਲ ਬਿਊਰੋਕਰੇਸੀ ਦੇ ਖੜੇ ਕਰ ਰਹੇ ਨੇ ਸਰਕਾਰ ਦੇ ਨਾਲੋਂ ਜ਼ਿਆਦਾ ਸ਼ੰਕੇ ਇਹਨਾਂ ਮੁਲਾਜ਼ਮਾਂ ਨੂੰ ਬਿਊਰੋਕਰੇਸੀ ਤੇ ਨੇ ਔਰ ਸਾਫ ਤੌਰ ਤੇ ਕਹਿੰਦੇ ਨੇ ਕਿ ਆਖਿਰ ਕੀ ਕਾਰਨ ਨੇ ਕਿ ਓਲਡ ਪੈਨਸ਼ਨ ਸਕੀਮ ਬਹਾਲੀ ਨਹੀਂ ਹੋ ਰਹੀ ਤਾਂ ਇਸੇ ਲਈ ਮੁੱਖ ਮੰਤਰੀ ਦੇ ਨਾਲ ਮੀਟਿੰਗ ਦਾ ਸਮਾਂ ਮੰਗਿਆ ਜਾ ਰਿਹਾ ਔਰ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੁਣ ਕਹਿੰਦੇ ਨੇ ਕਿ 4 ਜਨਵਰੀ ਨੂੰ ਸਮਾਂ
ਨਾਂ ਮਿਲ ਰਿਹਾ ਪਰ ਫਿਲਹਾਲ ਇੰਤਜ਼ਾਰ ਕਰ ਰਹੇ ਨੇ ਕਿ ਜਦੋਂ ਸਾਡੇ ਕੋਲ ਲਿਖਤੀ ਆਏਗਾ ਲਿਖਤੀ ਆਉਣ ਤੋਂ ਬਾਅਦ ਹੀ ਕਹਿੰਦੇ ਨੇ ਕਿ ਅਸੀਂ ਅੱਗੇ ਦਾ ਫੈਸਲਾ ਕਰਾਂਗੇ ਜੀ।